ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਿਆ ਬੈੱਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ, ਅੱਜ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ। ਅੱਜ ਆਪਣੇ ਫਾਰਮ 'ਤੇ 7-8 ਨਗ ਤਾਜ਼ੇ ਸੂਏ ਹੋਏ ਨੇ, ਜਿਹੜੇ ਕੋਈ 2 ਦਿਨ ਦੀ, ਕੋਈ 3 ਦਿਨ ਦੀ, ਕੋਈ 4 ਦਿਨ ਦੀ, ਐਂ ਸੂਏ ਹੋਏ ਨੇ। 7-8 ਨਗ ਤਾਜ਼ੇ ਸੂਏ ਹੋਏ ਨੇ ਅਤੇ ਘੱਟੋ ਘੱਟ 15-16 ਨਗ ਜਿਹੜੇ ਗੱਬਣ ਨੇ, ਹਾਜ਼ਰ ਗੱਬਣ ਨੇ। ਕੋਈ 4 ਦਿਨ ਲੈਂਦੀ ਆ, ਕੋਈ 5 ਦਿਨ ਲੈਂਦੀ ਆ, ਕੋਈ 6 ਦਿਨ ਲੈਂਦੀ ਆ। ਐਂ ਆਪਣੇ ਕੋਲ ਹਾਜ਼ਰ ਗੱਬਣ ਨਗ ਨੇ। ਚੰਗੀਆਂ HF ਵਹਿੜਾਂ ਵੀ ਨੇ ਜੀ, ਚੰਗੀਆਂ HF ਵਹਿੜਾਂ ਨੇ, ਚੰਗੇ ਰਿਕਾਰਡ ਦੀਆਂ ਫਾਰਮ ਦੀਆਂ ਬੱਚੀਆਂ ਨੇ, ਤੁਸੀਂ ਦੇਖ ਸਕਦੇ ਹੋ। ਇਹ ਵੀ ਆਪਣੇ ਫਾਰਮ 'ਤੇ ਸੇਲ ਵਾਸਤੇ ਅਵੇਲੇਬਲ ਨੇ, ਕੱਚੀਆਂ ਨੇ ਹਜੇ। ਟੋਪ ਕਲਾਸ ਪੰਜਾਬ ਵਾਲੀ ਜਰਸੀ ਵਿਹੜਾ ਸੂਈਆਂ ਹੋਈਆਂ, ਸਾਹੀਵਾਲ HF ਕਰੋਸ, ਸਾਰੇ ਤਰ੍ਹਾਂ ਦੇ ਆਪਣੇ ਕੋਲ ਬਰੀਡ ਅਵੇਲੇਬਲ ਆ। ਕਿਸੇ ਮੇਰੇ ਵੀਰ ਨੂੰ ਕੋਈ ਵੀ ਨਗ ਚਾਹੀਦਾ, ਅੱਜ ਆਪਾਂ 16 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਅਰੀ ਫਾਰਮ ਕਲਾਲਾ, 16 ਸਤੰਬਰ ਨੂੰ ਵੀਡੀਓ ਬਣਾ ਰਹੇ ਹਾਂ 2023। ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ। ਆਹ ਤੁਸੀਂ ਦੇਖ ਸਕਦੇ ਹੋ ਇੱਧਰ ਬੱਚੇ ਬੰਨੇ ਆ, ਸਾਰੀਆਂ ਗਾਈਆਂ ਜਰਸੀ ਅੰਸ਼ ਦੇ ਵਿੱਚ ਸੂਈਆਂ ਹੋਈਆਂ ਗਾਈਆਂ ਨੇ, ਇਹਨਾਂ ਦੇ ਬੱਚੇ ਨੇ, ਇਹ ਦੇਖ ਸਕਦੇ ਹੋ ਤੁਸੀਂ। ਅਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ, ਕੁਛ ਕੁ ਨਗ ਤੁਹਾਨੂੰ ਤੋਰ ਕੇ ਦਿਖਾਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ। ਅਤੇ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਨਗ ਪਸੰਦ ਹੋਇਆ ਉਹ ਵਟਸਐਪ 'ਤੇ ਇਕੱਲੀ ਦੀ ਵੀਡੀਓ ਮੰਗਾ ਸਕਦਾ ਗਾ, ਇਕੱਲੇ ਪਸ਼ੂ ਦੀ ਆਪਾਂ ਵੀਡੀਓ ਭੇਜ ਦਾਂਗੇ। ਅੱਗੇ ਆਪਾਂ ਗੱਲ ਕਰਦੇ ਹਾਂ, ਸਟਾਰਟਿੰਗ ਤੋਂ ਸਟਾਰਟ ਕਰਦੇ ਹਾਂ ਇੱਧਰੋਂ। ਇਹ ਗਾਈਆਂ ਸਾਰੀਆਂ ਸ਼ੈੱਡ 'ਚ ਖੜੀਆਂ ਨੇ ਜਿਹੜੀਆਂ, ਇਹ ਤੋਂ ਇਲਾਵਾ ਵੀ ਆਪਣੇ ਕੋਲ 10 ਨਗ ਜਿਹੜੇ ਆ ਉੱਧਰ ਬਰਾਂਡੇ 'ਚ ਖੜੇ ਆ। ਸੋ ਦੇਖ ਸਕਦੇ ਹੋ ਬੱਛੀ ਰਾਤ ਸੂਈ ਆ, ਮਗਰ ਬੱਛੀ ਆ, ਪਹਿਲਾਂ ਜਰਸੀ ਕੌਫੀ ਕਲਰ ਦੇ ਵਿੱਚ ਜੇਰ ਵਗੈਰਾ ਪੈ ਚੁੱਕੀ ਆ, ਇਹ ਰਾਤ ਬੱਛੀ ਸੂਈ ਆ, ਕੌਫੀ ਕਲਰ 'ਚ ਜਰਸੀ ਆ ਗਈ, ਸੋਹਣਾ ਥਣ ਲੱਗਿਆ। ਮਗਰ ਬੱਛੀ ਆ, ਪਹਿਲਾਂ ਸੂਆ 4 ਦੰਦ ਬੱਛੀ ਆ, ਨੀਚੋਂ ਚੈੱਕ ਕਰਾ ਦਿੰਦੇ ਇੱਕ ਵਾਰੀ, ਮੋਟਾ ਮੋਟਾ ਤੁਹਾਨੂੰ ਦਿਖਾ ਦਿੰਦੇ, ਬਾਕੀ ਤੁਹਾਨੂੰ ਲਾਸਟ 'ਤੇ ਆਪਾਂ ਇਹਦੀ ਡਿਟੇਲ ਪੂਰੀ ਦੇਵਾਂਗੇ। ਇਹ ਸੂਈ ਹੋਈ ਆ, ਇਹ ਤੋਂ ਇਲਾਵਾ ਵੀ ਆ ਕੱਚੀਆਂ ਵਿਹੜਾਂ ਖੜੀਆਂ ਨੇ ਜਰਸੀ ਕਰੋਸ ਦੇ ਵਿੱਚ HF ਵਿਹੜਾਂ ਖੜੀਆਂ ਨੇ, ਇਹ ਵਿਹੜਾਂ ਕੱਚੀਆਂ ਨੇ ਥੋੜ੍ਹੀਆਂ ਜਿਹੀਆਂ, ਇਹ ਵੀ ਸੇਲ ਵਾਸਤੇ ਅਵੇਲੇਬਲ ਆ। ਸੋ ਆ ਜਾਓ ਆਪਾਂ ਕਰਦੇ ਹਾਂ ਗੱਲ, ਉੱਧਰੋਂ ਸਟਾਰਟ ਕਰਦੇ ਹਾਂ ਵੀਡੀਓ ਸ਼ੈੱਡ 'ਚੋਂ। ਸ਼ੈੱਡ 'ਚ ਤੁਹਾਨੂੰ ਦਿਖਾਉਣਾ ਸੂਈਆਂ ਹੋਈਆਂ ਗਾਈਆਂ ਅਤੇ ਸੂਣ ਵਾਲੀਆਂ ਬੱਚੀਆਂ ਨੇ ਕੁਛ ਕੁ। ਸੋ 1 ਅਤੇ 2 ਨੰਬਰ ਆਪਾਂ ਸਟਾਰਟ ਕਰੀਏ ਵੀਡੀਓ। 1 ਨੰਬਰ ਦੂਜਾ ਸੂਆ ਸੂਈ ਹੋਈ ਆ ਅਤੇ 2 ਨੰਬਰ ਪਲੂਣ ਬੱਛੀ ਸੂਈ ਹੋਈ ਆ, ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਜੋੜਾ ਆਪਾਂ, ਸੋਹਣਾ ਥਣ ਲੇਵਾ ਗਾ, ਨੇੜ ਤੋਂ ਚੈੱਕ ਕਰਾ ਦਿੰਦੇ ਹਾਂ। 1 ਨੰਬਰ ਬੱਛੀ ਦੂਜਾ ਸੂਆ ਸੂਈ ਹੋਈ ਆ, 17-18 ਕਿਲੋ ਬੋਲਾ, ਅਤੇ 2 ਨੰਬਰ ਬੱਛੀ ਜਿਹੜੀ ਇਹ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ, ਇਕੱਠੀ ਜੋੜਾ ਤੋਰਾਂਗੇ ਆਪਾਂ। ਦੇਖ ਸਕਦੇ ਹੋ ਠੰਡੀ ਸੀਲ ਆ ਪੂਰੀ, ਸੂਲ ਤੋਂ ਲੇਵਾ ਸਟਾਰਟ ਹੁੰਦਾ, ਉੱਪਰ ਤੋਂ ਨੀਚੇ ਤੱਕ ਪੂਰਾ ਕੰਪੈਕਟ ਆਡਰ ਆ, ਸੋਹਣਾ ਥਣ ਲੇਵਾ ਲੱਗਿਆ ਵਾ, ਇਕੱਲਾ ਇਕੱਲਾ ਨਿਕਲਵਾ ਥਾਣਾ ਦੇਖ ਸਕਦੇ ਹੋ। ਅੱਗੇ ਤੋਂ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ, ਪਹਿਲਾਂ ਬੱਸੀ ਸੂਈ ਆ, ਥਾਣਾ ਫੇਸ ਕੁਆਲਿਟੀ ਦਿਖਾ ਦਿਓ ਮਾੜੀ ਜੀ, ਫੇਸ ਕੁਆਲਿਟੀ ਦਿਖਾ ਦਿਆ ਕਰੋ। ਦੇਖ ਸਕਦੇ ਹੋ ਪਹਿਲਾਂ ਬੱਛੀ ਦੂਜਾ ਸੂਗਾ, ਇਕੱਠਾ ਜੋੜਾ ਤੋਰਾਂਗੇ, ਰੋਕ ਲਓ ਪੁੱਤ ਰੋਕ ਲਓ। ਸੋ ਜੋੜਾ ਤੁਹਾਨੂੰ ਤੋਰ ਕੇ ਦਿਖਾਉਣੇ ਆਪਾਂ, ਤੋਰਾ ਵਗੈਰਾ ਦੇਖ ਸਕਦੇ ਹੋ, ਜਰਸੀ ਆ ਗਈਆਂ, ਇਹ ਦੂਜਾ ਸੂਆ ਜਰਸੀ ਪੰਜਾਬ ਵਾਲੀ ਅਤੇ ਪਹਿਲਾ ਸੂਆ ਬੱਛੀ ਨੇ, ਤੋਰ ਦਿਓ ਪੁੱਤ, ਤੋਰ ਦਿਓ ਚੱਲ ਪੁੱਤ, ਚੱਲ ਪੂਰਾ ਲਿਆ ਪੁੱਤ, ਇਕੱਠੀਆਂ ਕਰ ਲਾ ਇਕੱਠੀਆਂ ਤੋਰ ਦਿਓ, ਪੂਰੀ ਦਬਾ ਦਿਓ ਕਿਹੜਾ ਦਬਾ ਦਿਓ, ਚਲੋ ਉੱਤਰ ਨੂੰ ਦਬਾ ਦਿਓ, ਕਿਹੜਾ ਦਬਾ ਦਿਓ, ਥੋੜ੍ਹੇ ਬੱਚਿਆਂ ਕਰਕੇ ਤੇਜ਼ੀ ਕਰਦੇ ਨੇ, ਘੁਮਾ ਲਓ, ਤੋਰ ਦੇ ਪੁੱਤ, ਬੱਚੀ ਆ ਤੋਰ ਦੇ।
ਚੱਲ ਤੁਸੀਂ ਦੇ ਸਕਦੇ ਹੋ ਇੱਕ ਵਾਰ ਫੇਰ। ਇੱਕ ਤੇ ਦੋ ਨੰਬਰ ਬੱਛੀਆਂ ਆ ਗਈਆਂ, ਇਹ ਤਾਜ਼ੀਆਂ ਸੂਈਆਂ ਹੋਈਆਂ ਬੋਹੜੇ 'ਚ ਨੇ, ਉਹਦੇ ਥੱਲੇ 15-16 ਕਿਲੋ ਬੋਹੜਾ, 16 ਕਿਲੋ ਇਹਦੇ ਥੱਲੇ ਬੋਹੜਾ ਹੈਗਾ, ਪਲੂਣ ਬੱਛੀ ਪਰਸੋਂ ਸੂਈ ਆ। ਅੱਗੇ ਆ ਕਾਲੇ ਰੰਗ ਦੇ ਵਿੱਚ ਆ ਗਈ ਬੱਛੀ, ਕ੍ਰੋਸ 'ਚ ਆ ਗਈ ਥੋੜ੍ਹੀ ਜੀ, ਇਸ ਕੁਆਲਿਟੀ ਦੇਖ ਸਕਦੇ ਤੁਸੀਂ, ਬਹੁਤ ਸੋਹਣੀ ਆ, ਥਣ ਬਹੁਤ ਸੋਹਣਾ ਲੱਗਿਆ ਹੋਇਆ, 3 ਨੰਬਰ 'ਤੇ ਆ ਗਈ ਇਹ, ਇਕੱਲਾ ਇਕੱਲਾ ਨਿੱਖੜਵਾਂ ਥਣ ਲੱਗਿਆ ਹੋਇਆ, ਕੰਪੈਕਟ ਆਡਰ ਆ ਪੂਰਾ, ਦੇਖ ਸਕਦੇ ਹੋ ਕੱਦਕਾਠ ਵਾਲੀ ਆ, ਹਾਈਟ ਵਾਲੀ ਆ, ਬੰਦ ਲੇਵੇ ਦੀ ਆ, ਸੋਹਣਾ ਥਣ ਆ, ਪਹਿਲਣ ਬੱਛੀ ਸੂਈ ਹੋਈ ਆ, ਪਰਸੋਂ ਹੀ ਇਹ ਸੂਈ ਆ, ਦੇਖ ਸਕਦੇ ਜੀ ਸੋਹਣਾ ਥਣ ਹਵਾਨਾ ਗਾ। ਸੋ ਅੱਗੇ ਆਹ 4 ਨੰਬਰ 'ਤੇ ਬੱਛੀ ਆ ਗਈ, ਕ੍ਰੋਸ ਅੰਗ ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ, ਥਣ ਬਹੁਤ ਸੋਹਣਾ ਲੱਗਿਆ ਹੋਇਆ, ਇਕੱਲਾ ਇਕੱਲਾ ਨਿਕਲਵਾਂ ਥਣ ਲੱਗਿਆ ਹੋਇਆ, ਦੇਖ ਸਕਦੇ ਹੋ। ਦੂਜਾ ਸੂਆ ਸੂਈ ਆ, 15-16 ਕਿਲੋ ਬੋਹੜਾ ਦੇ ਥੱਲੇ ਵੀ, ਅਤੇ 4 ਨੰਬਰ 'ਤੇ ਬੱਛੀ ਆ ਗਈ, ਥਣ ਹਵਾਨੇ ਦੀ ਸੋਹਣੀ ਆ। ਅੱਗੇ ਬੇੜਾ ਸੂਣ ਵਾਲੀਆਂ ਨੇ, ਹਜੇ ਗੱਬਣ ਨੇ, ਗੱਬਣ ਜਰਸੀ ਆ ਗਈ, ਇਹ ਸਾਈਵਾਲ ਗੱਬਣ ਆ ਬੱਛੀ, ਕੱਚੀ ਆ ਇਹ, ਇਹ ਜਰਸੀ ਗੱਬਣ ਆ ਬੱਛੀ, ਹਜੇ 5-7 ਦਿਨ ਲੈਂਦੀ ਹੈ ਸ਼ੂਨ ਨੂੰ, ਥਣ ਲੈ ਬਸ ਸੋਹਣਾ ਤਿਆਰ ਕਰੂਗੀ, ਢਿੱਲਾਂ ਢੁੱਲਾਂ ਬਹੁਤ ਪਈਆਂ ਨੇ। ਅੱਗੇ ਵੀ ਬੱਛੀ ਐਚ ਐਫ ਦੇ ਵਿੱਚ ਆ ਗਈ, ਗੱਬਣ ਹਜੇ ਗੱਬਣ ਬੱਛੀ ਆ। ਅੱਗੇ ਆ ਟੋਪ ਦਾ ਨਗੀਨਾ ਫਾਰਮ ਦੀ ਜਾਨ ਆ ਗਈ, ਦੰਦਾਂ 'ਚ ਹੀ ਆ ਬੱਛੀ, ਹਜੇ ਦੂਜਾ ਸੂਆ ਸੂਰੀ ਆ, 28-29 ਕਿਲੋ ਦੁੱਧ ਪਾਇਆ ਹੋਇਆ ਪਲੂਨ ਨੇ ਇਹਨੇ, ਆਡਰ ਦੀ ਸ਼ੇਪ ਤੁਸੀਂ ਦੇਖ ਸਕਦੇ, ਸੂਲ ਤੋਂ ਸਟਾਰਟ ਹੁੰਦਾ, ਢਿੱਲਾਂ ਢੁੱਲਾਂ ਬਹੁਤ ਪਈਆਂ ਨੇ, ਇਹ ਕੰਪੈਕਟ ਆਡਰ ਬਣਾਓ ਪੂਰਾ, ਜਰਸੀ ਤੋਰ ਦੋ ਨਾਲ, ਇਹ ਤੋਂ ਦੋਨੇ ਫਾਰਮ ਦੀਆਂ ਬੱਛੀਆਂ ਨੇ, ਪੰਜਾਬ ਵਾਲੀ ਜਰਸੀ ਆ, 26-27 ਕਿਲੋ ਤੋਂ ਦੇਣੇ ਦਿੱਤਾ ਹੋਇਆ, ਦੋਨੇ ਜੋੜਾ ਤੋਰ ਕੇ ਦਿਖਾਵਾਂ, ਗੱਬਣਾਂ 'ਚ ਆ ਗਈਆਂ ਇਹ, ਜੋੜਾ ਤੋਰ ਦਿਓ ਪੁੱਤ, ਬਹੁਤ ਚੰਗੀ ਸੈਨਿਕ ਵਾਲੀਆਂ ਅਤੇ ਵੇਟ ਵਾਲੀਆਂ, ਹੈਵੀ ਵੇਟ ਵਾਲੀਆਂ ਬੱਛੀਆਂ ਨੇ, ਚਰਬ ਤੋਰੇ ਤੋਰ ਆ, ਦੇਖ ਸਕਦੇ ਤੁਸੀਂ, ਧੁੱਪ 'ਚ ਦੁਪਹਿਰ ਖਿੜੀ ਵਾਂਗੂ ਖਿੜੀ ਪਈ ਆ ਬੱਛੀ, ਦੇਖ ਸਕਦੇ ਹੋ ਤੁਸੀਂ, ਫੁੱਲ ਬਰੀਡ ਦੇ ਵਿੱਚ ਆ, 28-29 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ, ਦੂਜਾ ਸੂਆ ਸੂਰੀ ਆ, ਦੇਖ ਸਕਦੇ ਹੋ ਕਿਹੜੇ ਸੀਮਨ ਦੀ ਆਪ ਆ ਅਤੇ ਕਿਹੜਾ ਸੀਮਨ ਲੱਗਿਆ ਹੋਇਆ, ਤੁਹਾਨੂੰ ਰਿਕਾਰਡ ਦੇ ਦਾਂਗੇ, ਲੈ ਚਲੋ ਅੰਦਰ, ਲੈ ਚਲੋ ਜਰਸੀ ਆ ਪੰਜਾਬ ਵਾਲੀ, ਇਹਦੇ ਬੰਨੀ ਵੀ ਝਾਤ ਮਾਰ ਲਿਓ, ਨਗੀਨੇ ਨੇ ਫਾਰਮ ਦੀ ਜਾਨ ਆ, ਹਜੇ ਕੱਚੀਆਂ ਜ਼ਰੂਰ ਨੇ, ਹਫ਼ਤੇ 10-10 ਦਿੰਦੇ ਆ। ਅੱਗੇ ਬੱਛੀ ਆ ਗੱਬਣ ਆ ਗਈ, ਕ੍ਰੋਸ ਆ, ਥੋੜ੍ਹਾ ਹਲਕਾ ਜਿਹਾ ਕ੍ਰੋਸ ਪਾਉਣਾ, ਠੰਡੀ ਸੀਲ ਆ, ਥਣ ਲਿਆ ਨੇੜ ਤੋਂ ਚੈੱਕ ਕਰਾਉਂਦੇ, ਇਕੱਲਾ ਇਕੱਲਾ ਨਿਖੜਵਾਂ ਥਣ ਲੱਗਿਆ ਹੋਇਆ ਗਾ, ਦੇਖ ਸਕਦੇ ਤੁਸੀਂ, ਕੱਚੀ ਹਜੇ ਕੱਚੀ ਆ ਥੋੜ੍ਹੀ ਜੀ, ਥੋੜ੍ਹਾ ਜਿਹਾ ਕ੍ਰੋਸ ਪਾਉਣਾ ਆ ਗਿਆ। ਸੋ ਇਹ ਗੱਬਣ ਬੜਾ ਆ ਗਈ ਇੱਧਰ ਕੋਲ ਸ਼ੈੱਡ 'ਚ, ਤੁਹਾਨੂੰ ਗੱਬਣਾ ਚੈੱਕ ਕਰਾਉਣੇ ਆ ਆਪਾਂ। ਸੋ ਅੱਗੇ ਆਪਾਂ ਤੁਹਾਨੂੰ ਆਹ ਬੱਛੀ ਤੋਰ ਕੇ ਦਿਖਾਉਣੇ ਆ, ਮਗਰ ਬੱਛੀ ਆ ਰਾਤ ਸੂਈ ਆ, ਪਹਿਲਾ ਸੂਆ, ਬਾਕੀ ਨਗ ਤੁਹਾਨੂੰ ਤੋਰ ਕੇ ਨਹੀਂ ਦਿਖਾਵਾਂਗੇ, ਇੱਦਾਂ ਝਾਤ ਮਾਰ ਲਿਓ ਤੁਸੀਂ, ਦੇ ਸਕਦੇ ਹੋ ਤੁਸੀਂ, ਤੁਹਾਨੂੰ ਤੋਰ ਕੇ ਦਿਖਾਉਣੇ ਨੂੰ। ਸੋ ਤੋਰਾ ਵਗੈਰਾ ਬੈਠਦਾ ਦੇਖ ਸਕਦੇ ਤੁਸੀਂ, ਇੱਧਰ ਖੁਰਲੀ ਦੇ ਨਾਲ ਨਾਲ ਤੋਰਦੇ, ਸੋਹਣਾ ਮੁੱਠੀ ਵਾਲਾ ਥਣ ਲੱਗਿਆ ਹੋਇਆਗਾ, ਇਕੱਲਾ ਇਕੱਲਾ ਨਿਖੜਵਾਂ ਥਾਣਾ, ਹਵਾਨਾ ਪਹਿਲਣ ਸੂਈ ਆ, ਜੇ ਪਹਿਲਾ ਸੂਆ, 4 ਦੰਦ ਮੂੰਹ ਆ ਇਹ, ਜਰਸੀ ਆ ਗਈ, ਕੌਫੀ ਤੋਰਦੇ ਪੁੱਤ, ਹਾਂ ਤੋਰਦੇ, ਅੱਗੇ ਨੂੰ ਮਾੜਾ ਜਿਹਾ ਗੇੜਾ ਦਵਾ ਲਿਆ ਕਰ, ਦੇਖ ਸਕਦੇ ਹੋ ਤੁਸੀਂ, 23-24 ਕਿਲੋ ਦੁੱਧ ਵੀ ਪਾ ਸਕਦੀ ਆ, ਕਿਸੇ ਚੰਗੇ ਵੀਰ ਦੀ ਸਾਂਭ ਹੋਈ ਕਿ ਦੁੱਧ ਸੇਵਾ ਦਾ ਹੁੰਦਾ ਗਾ, ਤੁਹਾਨੂੰ ਅੱਜ ਦੀ ਬਣੀ ਹੋਈ ਆਪਾਂ ਦਿਖਾ ਸਕਦੇ ਹਾਂ, ਰਾਤ ਸੂਈ ਆ, ਉੱਚਾ ਲੰਮਾ ਵੱਡਾ ਕੱਦਕਾਠ ਆ, ਕੌਫੀ ਕਲਰ ਦੇ ਵਿੱਚ ਜਰਸੀ ਆ ਗਈ ਪੰਜਾਬ ਵਾਲੀ, ਲੈ ਚੱਲ ਪੁੱਤ, ਅੰਗ ਅੰਗ ਇਹਦਾ ਨਸ ਨਸ ਦੁੱਧ ਵਾਲੀ ਆ, ਤੁਸੀਂ ਦੇਖ ਸਕਦੇ ਹੋ, ਪਤਲੇ ਪਿੰਡੇ ਦੇ ਵਿੱਚ ਆ,
ਉੱਡੀ ਆਪ ਆ ਉੱਡਾ ਹਵਾਨਾ ਥੱਲੇ ਤਿਆਰ ਕੀਤਾ ਹੋਇਆ। ਮਗਰ ਬੱਛੀ ਆ ਗਈ, ਬੱਛੀ ਬਹੁਤ ਪਿਆਰੀ ਹੈ, ਨੇੜੇ ਤੋਂ ਚੈੱਕ ਕਰਾਉਂਦੇ ਹਾਂ, ਦੇਖ ਸਕਦੇ ਹੋ ਮਗਰ ਬੱਛੀ ਆ। ਸੋ ਇਸ ਤੋਂ ਅੱਗੇ ਇੱਕ ਯੂਨੀਕ ਜਿਹਾ ਰੰਗ ਆ, ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਦੇਖਣ ਨੂੰ ਮਿਲਦਾ, ਇਹ ਬਹੁਤ ਯੂਨੀਕ ਜਿਹਾ ਰੰਗ ਆ, ਘੋੜੀ ਵਰਗੀ ਬੈੜ ਆ, ਥਣ ਇਕੱਲਾ ਇਕੱਲਾ ਨਿੱਖੜਵਾਂ ਲੱਗਿਆ ਹੋਇਆ ਹੈਗਾ, ਅਜੇ ਕੱਚੀ ਜ਼ਰੂਰ ਆ। ਇਹ ਰੰਗ ਬਹੁਤ ਘੱਟ ਦੇਖਣ ਨੂੰ ਮਿਲਦਾ, ਤੁਸੀਂ ਦੇਖੋਗੇ ਆਮ ਤੌਰ ਆਪਾਂ ਵੀਡੀਓ ਪਾਉਂਦੇ ਰਹਿੰਦੇ ਹਾਂ। ਜਰਸੀ ਦੇ ਵਿੱਚ ਆ ਗਈ ਇਹ, ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦਾ, ਧੰਨਵਾਦ ਜੀ।